ਦੋਸਤੋ ਤੁਹਾਡਾ ਸਾਰਿਆਂ ਦਾ ਅੱਜ ਪ੍ਰੈਸ ਕਲੱਬ ਜਲੰਧਰ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਇਸ ਵਕਤ ਜਿਹੜੇ ਨੈਬ ਤਹਿਸੀਲਦਾਰ ਦੇ ਪਿੱਛੇ ਇਮਤਿਹਾਨ ਹੋਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ, ਇਹ ਸਾਰੇ ਉਮੀਦਵਾਰ ਸੀਗੇ, ਐਸਪਾਇਰੈਂਟ ਸੀ, ਕੈਂਡੀਡੇਟ ਸੀਗੇ, ਜਿਹਨਾਂ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਬੇਈਮਾਨੀ ਹੋਈ ਹੈ, ਧੋਖਾਧੜੀ ਹੋਈ ਹੈ। ਇਸ ਇਮਤਿਹਾਨ ਵਿੱਚ ਲਗਭਗ 78,000 ਐਪਲੀਕੈਂਟਸ ਨੇ ਜਿਹੜਾ ਸੀਗਾ ਫੋਰਮਸ ਫਿਲ ਕੀਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ। 3,000 ਰੁਪਇਆ ਹਰ ਫੋਰਮ ਦਾ, ਹਰ ਫੋਰਮ ਦੀ ਫੀਸ ਸੀ। ਇਮਤਿਹਾਨ ਵੇਲੇ ਸਿਰਫ 45,000 ਨੌਜਵਾਨਾਂ ਨੇ, ਲੜਕੀਆਂ ਅਤੇ ਲੜਕਿਆਂ ਨੇ ਇਹ ਨੈਬ ਤਹਿਸੀਲਦਾਰ ਦੇ ਇਮਤਿਹਾਨ ਦਿੱਤੇ। ਇਹਦਾ ਮਤਲਬ ਹੈ ਕਿ ਪਹਿਲਾਂ ਤਾਂ ਜਿਹੜੀ ਗੱਲ ਮੇਰੇ ਇਸਨੇ ਕਿਹਾ ਛੋਟੇ ਵੀਰ ਨੇ ਕਿ ਟਰੱਸਟ ਡੈਫੀਸ਼ੀਐਂਟ ਦੇਖੋ ਪੰਜਾਬ ਸਰਕਾਰ ਦੀ ਇਮਤਿਹਾਨ ਦੀ ਪ੍ਰਣਾਲੀ ਦਾ, ਕਿ 78,000 ਚੋਂ ਲਗਭਗ ਸਮਝ ਲਓ 30,000 ਬੱਚਾ ਉਹ 3,000 ਰੁਪਇਆ ਜਮ੍ਹਾਂ ਕਰਾ ਕੇ ਇਮਤਿਹਾਨ ਦੇਣ ਹੀ ਨਹੀਂ ਆਇਆ, ਕਿਉਂਕਿ ਸਭ ਨੂੰ ਐਂ ਲੱਗ ਰਿਹਾ ਵਾ ਕਿ ਇਹ ਨੌਕਰੀ ਕਿਹੜਾ ਸਾਨੂੰ ਮਿਲਣੀ ਹੈ। ਇਹ ਤਾਂ ਨੌਕਰੀ ਜਾਂ ਤਾਂ ਪੈਸੇ ਨਾਲ ਮਿਲੇਗੀ ਜਾਂ ਸਿਫਾਰਿਸ਼ ਨਾਲ ਮਿਲੇਗੀ। ਔਰ ਉਹੀ ਗੱਲ ਹੋਈ ਜਦੋਂ ਨੈਬ ਤਹਿਸੀਲ ਦਾ ਰਿਜ਼ਲਟ ਆਇਆ, ਉਦੋਂ ਮੈਨੂੰ ਬਹੁਤ ਸਾਰੀਆਂ ਵਾਈਡ ਸਪਰੈਡ ਸਟੇਟ ਚੋਂ ਕੰਪਲੇਂਟਸ ਮਿਲੀਆਂ ਕਿ ਸਾਡੇ ਨਾਲ ਬੇਈਮਾਨੀ ਹੋ ਗਈ ਹੈ, ਸਾਡੇ ਨਾਲ ਧੋਖਾ ਹੋ ਗਿਆ। ਜਿਹੜੇ ਕੈਂਡੀਡੇਟਸ ਜਿਹੜੇ ਟੌਪ ਕੀਤੇ ਸੀ ਉਸ ਵਕਤ ਮੈਰਿਟ ਵਿੱਚ, ਉਹ 8 ਜਿਹੜੇ ਟੌਪਰ ਸੀਗੇ ਉਹ ਪਟਵਾਰੀਆਂ ਦੇ ਟੈਸਟ ਵਿੱਚ ਚੰਦ ਮਹੀਨੇ ਪਹਿਲਾਂ ਫੇਲ ਹੋਏ ਸੀ। ਸੋ ਜਿਹੜਾ ਉਮੀਦਵਾਰ ਪਟਵਾਰੀ ਨਹੀਂ ਮਿਲ ਪੜ ਸਕਿਆ, ਉਹ ਨੈਬ ਤਹਿਸੀਲਦਾਰ ਦਾ ਇਮਤਿਹਾਨ ਜਾਂ ਤਾਂ ਚਲੋ ਹੁੰਦਾ ਨਾ ਕਿ ਕੁਛ ਨੰਬਰ ਨੋਰਮਲ ਜੇ ਲੈ ਕੇ ਪਾਸ ਹੋ ਜਾਂਦਾ, ਉਹ ਟੌਪ ਕਰ ਗਿਆ 8। ਉਸ ਦਿਨ ਅਸੀਂ ਸਾਰੀ ਗੱਲ ਨੂੰ ਉਠਾਇਆ, ਪਬਲਿਕ ਡੋਮੇਨ 'ਚ ਲੈ ਕੇ ਆਏ, ਕੰਪਲੇਂਟ ਕੀਤੀ, ਮੁੱਖ ਮੰਤਰੀ ਪੰਜਾਬ ਨੂੰ ਚਿੱਠੀ ਲਿਖੀ। ਪਹਿਲਾਂ ਦਾ ਰਿਐਕਸ਼ਨ ਨਾਲ ਜਿਹੜਾ ਆਇਆ ਤੁਹਾਨੂੰ ਸਭ ਨੂੰ ਯਾਦ ਹੋਊਗਾ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਉਦਣ ਹੀ ਸ਼ਾਮ ਨੂੰ, ਜਿੱਦਣ ਮੈਂ ਚੰਡੀਗੜ੍ਹ ਤੋਂ ਪ੍ਰੈਸ ਕਾਨਫਰੰਸ ਕੀਤੀ, ਉਦਣ ਸ਼ਾਮ ਨੂੰ ਇਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਬਕਾਇਦਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਕਿ ਇਸ ਸਾਰੇ ਐਗਜ਼ਾਮੀਨੇਸ਼ਨ ਪ੍ਰੋਸੈਸ ਵਿੱਚ ਕੰਪਲੀਟ ਟ੍ਰਾਂਸਪੇਰੈਂਸੀ ਮੇਨਟੇਨ ਕੀਤੀ ਗਈ ਹੈ, ਕੰਪਲੀਟ ਅਕਾਊਂਟੇਬਿਲਿਟੀ ਰਹੀ ਹੈ, ਇਹਦੇ ਵਿੱਚ ਕੋਈ ਹੇਰਾ ਫੇਰੀ ਨਹੀਂ ਹੋਈ, ਔਰ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਉਹ ਬੇਬੁਨਿਆਦ, ਕਿਉਂਕਿ ਮਸਲਾ ਪਬਲਿਕ ਡੋਮੇਨ 'ਚ ਆ ਗਿਆ ਸੀਗਾ, ਹਜ਼ਾਰਾਂ ਦੀ ਤਾਦਾਦ ਵਿੱਚ ਘਰ ਅਫੈਕਟਿਡ ਸੀਗੇ। ਪੰਜਾਬ ਸਰਕਾਰ ਨੇ ਉਹਦੇ ਸੰਬੰਧ ਵਿੱਚ ਵਿਜੀਲੈਂਸ ਇਨਕੁਆਇਰੀ ਲਾਈ, ਵਿਜੀਲੈਂਸ ਜਾਂਚ ਵਿੱਚ ਪਾਇਆ ਗਿਆ, ਜਿਹੜੀ ਹੁਣ ਹਲੇ ਇਨਕੰਪਲੀਟ ਇਨਕੁਆਇਰੀ ਹੈ।